ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਈਲੈਟਸ 7 'ਤੇ। ਲੈ ਕੇ ਹਾਜ਼ਰ ਹਾਂ ਇੱਕ ਹੋਰ ਇੰਪੋਰਟੈਂਟ ਵੀਡੀਓ। ਇਸ ਵੀਡੀਓ ਵਿੱਚ ਤੁਹਾਨੂੰ ਵਰਕ ਪਰਮਿਟ ਨਾਲ ਰਿਲੇਟਡ ਜਾਣਕਾਰੀ ਦੇਵਾਂਗੇ, ਜੋ ਵੱਡਾ ਬਦਲਾਵ ਜੋ ਕਰਿਆ ਗਿਆ ਹੈ ਕੈਨੇਡਾ ਸਰਕਾਰ ਦੁਆਰਾ। ਤਾਂ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਜੇਕਰ ਚੈਨਲ 'ਤੇ ਨਵੇਂ ਤਾਂ ਰਿਕੁਐਸਟ ਕਰਦੇ ਹਾਂ, ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ, ਕਿਉਂਕਿ ਕੈਨੇਡਾ ਸਰਕਾਰ ਵੱਲੋਂ ਕੋਈ ਵੀ ਅਪਡੇਟ ਆਉਂਦੀ ਹੈ, ਕੋਈ ਵੀ ਨਵਾਂ ਨਿਯਮ ਆਉਂਦਾ ਹੈ, ਤੁਹਾਡੇ ਨਾਲ ਇਸੇ ਦੇ ਅੰਤ ਸ਼ੇਅਰ ਕਰਦੇ ਹਾਂ ਸਾਰੀ ਜਾਣਕਾਰੀ ਇਸੇ ਦੇ ਅੰਤ ਨੇ, ਤਾਂ ਸਬਸਕ੍ਰਾਈਬ ਕਰਕੇ ਜਾਣਾ। ਤਾਂ ਚਲੋ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਗੱਲ ਕਰਦੇ ਹਾਂ ਸਟੂਡੈਂਟਸ ਦੀ। ਜਦੋਂ ਸਟੂਡੈਂਟ ਵਰਕ ਪਰਮਿਟ ਲਈ ਅਪਲਾਈ ਕਰਦੇ ਆ, ਤਾਂ ਉਹਨਾਂ ਨੂੰ ਜੋ ਕੀ ਆ ਇੱਕ ਚੀਜ਼ ਉਹਨਾਂ ਦੇ ਰਾਹ ਦਾ ਰੋੜਾ ਬਣ ਸਕਦੀ ਆ ਕਿ ਇਹ ਤੁਹਾਡੀ ਸਕਰੀਨ 'ਤੇ ਅਸੀਂ ਤੁਹਾਨੂੰ ਪੜ੍ਹ ਕੇ ਦੱਸਦੇ ਹਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਬਿਕਮ ਇਨ ਐਲੀਜੀਬਲ ਫੋਰ PGWP ਇਫ ਦੇ ਟੇਕ ਅਨਆਥੋਰਾਈਜ਼ਡ ਲੀਵ ਫਰੋਮ ਦੇਅਰ ਸਟੱਡੀ ਪ੍ਰੋਗਰਾਮ ਸਿੰਸ ਇਟ ਇਜ਼ ਡਾਇਰੈਕਟ ਵਾਇਲੇਸ਼ਨ ਆਫ ਦੇਅਰ ਸਟੱਡੀ ਪਰਮਿਟਸ। ਕਿ ਜੇਕਰ ਉਹ ਅਨਆਥੋਰਾਈਜ਼ਡ ਲੀਵ ਲੈਂਦੇ ਆਪਦੀ ਸਟੱਡੀ ਤੋਂ, ਤਾਂ ਇਹ ਸਿੱਧਾ ਸਿੱਧਾ ਉਹਨੂੰ ਜੋ ਚੈਲੇਂਜ ਕਰਦੀ ਉਹਨਾਂ ਦੀ ਸਟੱਡੀ ਪਰਮਿਟ ਨੂੰ। ਹਾਊਐਵਰ ਦੇ ਕੈਨ ਟੇਕ ਐਨ ਆਥੋਰਾਈਜ਼ਡ ਲੀਵ ਫੋਰ ਅਪ ਟੂ 150 ਡੇਜ਼ ਡਿਊਰਿੰਗ ਦੇਅਰ ਸਟੱਡੀਜ਼ ਇਫ ਹੈਵ ਅ ਵੈਲਿਡ ਰੀਜ਼ਨ ਐਂਡ ਸਟਿਲ ਬੀ ਐਲੀਜੀਬਲ ਫੋਰ PGWP। ਕਹਿੰਦੇ ਉਹ 150 ਦਿਨਾਂ ਦੀ ਲੀਵ ਲੈ ਸਕਦੇ ਆ ਆਪਣੀ ਸਟੱਡੀ ਤੋਂ, ਆਥੋਰਾਈਜ਼ਡ ਲੀਵ ਲੈ ਸਕਦੇ ਆ ਕਿਸੇ ਵੈਲਿਡ ਰੀਜ਼ਨ ਲਈ, ਅਤੇ ਉਹ ਸਟਿਲ ਐਲੀਜੀਬਲ ਹੋਣਗੇ ਜੋ ਪੋਸਟ ਜੋ ਵਰਕ ਪਰਮਿਟ ਲਈ। ਅਤੇ ਸਟੂਡੈਂਟ ਮਸਟ ਹੈਵ ਅ ਪਰੂਫ ਦੈਟ ਦਿਸ ਲੀਵ ਨਾਓ ਅਫੀਸ਼ੀਅਲੀ ਆਥੋਰਾਈਜ਼ਡ ਬਾਏ ਦੀ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨ DLI। ਤਾਂ ਕਹਿੰਦੇ ਇਹ ਪਰੂਫ ਜੋ ਸਟੂਡੈਂਟਾਂ ਕੋਲ ਹੋਣਾ ਚਾਹੀਦਾ ਕਿ ਇਹ ਲੀਵ ਜੋ ਲਈ ਆ ਉਹਨਾਂ ਨੇ ਉਹ ਅਫੀਸ਼ੀਅਲੀ ਆਥੋਰਾਈਜ਼ਡ ਆ DLI, ਜਿਹੜੀ ਕਿ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨ ਹੈ, ਉਹਨਾਂ ਦੁਆਰਾ ਜੋ ਉਹਨਾਂ ਦੀ ਲੀਵ ਹੈ ਉਹ ਆਥੋਰਾਈਜ਼ਡ ਕਰੀ ਗਿਆ। ਤਾਂ ਸਟੂਡੈਂਟਾਂ ਕੋਲ ਇਹ ਪਰੂਫ ਹੋਣਾ ਚਾਹੀਦਾ ਹੈ। ਤਾਂ ਤੁਸੀਂ ਜੋ ਕੀ ਕਰਨਾ ਹੈ ਕਿ ਤੁਸੀਂ ਆਪਣੀ ਜੋ ਕਿਸੇ ਵੈਲਿਡ ਰੀਜ਼ਨ 'ਤੇ ਹੀ ਲੀਵ ਲੈਣੀ, ਕਿਉਂਕਿ ਸਟੂਡੈਂਟ ਬਹੁਤ ਜੋ ਸਟੂਡੈਂਟ ਨੇ ਉਹ ਆਪਣਾ ਜੋ ਸਟੱਡੀ ਤੋਂ ਡਰੋਪ ਲੈ ਲੈਂਦੇ ਨੇ ਕਿ ਇਹ ਕੋਈ ਮੈਟਰ ਨਹੀਂ ਕਰਦਾ ਸਾਡਾ ਜੋ ਇਹ ਸਾਨੂੰ ਵਰਕ ਪਰਮਿਟ ਆਰਾਮ ਨਾਲ ਮਿਲ ਜਾਵੇਗਾ। ਪਰ ਹੁਣ ਇਹ ਚੀਜ਼ ਨਹੀਂ ਹੈ, ਸਰਕਾਰ ਨੇ ਰੂਲਾਂ ਵਿੱਚ ਬਹੁਤ ਹੀ ਤਬਦੀਲੀ ਲਿਆਂਦੀ ਗਈ ਹੈ। ਤਾਂ ਤੁਸੀਂ ਆਪਣਾ ਜੋ ਫਿਊਚਰ ਸਿਕਿਓਰ ਕਰਨਾ, ਤਾਂ ਤੁਹਾਨੂੰ ਇਹ ਗੱਲਾਂ ਦਾ ਧਿਆਨ ਰੱਖਣਾ ਪਵੇਗਾ, ਕਿਉਂਕਿ 150 ਦਿਨ ਬਹੁਤ ਹੁੰਦੇ ਆ। ਤੁਸੀਂ ਵੈਲਿਡ ਰੀਜ਼ਨ 'ਤੇ ਆਪਣੀ ਲੀਵ ਲੈ ਸਕਦੇ ਹੋ, ਪਰ ਤੁਸੀਂ ਫਾਲਤੂ ਜੋ ਡਰੋਪ ਲੈਣ ਤੋਂ ਆਪਣਾ ਗੁਰੇਜ਼ ਕਰਨਾ, ਫਾਲਤੂ ਲੀਵ ਲੈਣ ਤੋਂ ਗੁਰੇਜ਼ ਕਰਨਾ, ਅਤੇ ਜੋ ਵੀ ਲੀਵ ਲੈਣੀ ਉਹ ਤੁਸੀਂ ਅਫੀਸ਼ਲੀ ਲੈਣਾ ਜੋ DLI ਦੀ ਮਦਦ ਤੋਂ ਉਹਨਾਂ ਤੋਂ ਵੈਲਿਡ ਕਰਵਾ ਕੇ ਲੈਣਾ, ਵੈਲਿਡ ਰੀਜ਼ਨ ਲਈ ਲੈਣਾ, ਤਾਂ ਕਿ ਤੁਹਾਡੇ ਵਰਕ ਪਰਮਿਟ 'ਤੇ ਕੋਈ ਵੀ ਖਤਰਾ ਨਾ ਮੰਡਰਾਵੇ। ਕਿਉਂਕਿ ਇੰਨੇ ਪੈਸੇ ਲਗਾ ਕੇ ਜਾਂਦੇ ਉੱਥੇ, ਜੇਕਰ ਤੁਹਾਨੂੰ ਵਰਕ ਪਰਮਿਟ ਹੀ ਨਹੀਂ ਮਿਲੇਗਾ, ਤਾਂ ਤੁਹਾਡਾ ਫਿਊਚਰ ਉੱਥੇ ਕੁਛ ਵੀ ਨਹੀਂ ਹੈ, ਤੁਹਾਨੂੰ ਵਾਪਸ ਹੀ ਵਰਤਣਾ ਪਵੇਗਾ ਐਟ ਦੀ ਐਂਡ। ਤਾਂ ਇਹਨਾਂ ਗੱਲਾਂ ਤੁਸੀਂ ਧਿਆਨ ਜ਼ਰੂਰ ਰੱਖਣਾ ਹੈ ਵਰਕ ਪਰਮਿਟ ਲੈਣ ਤੋਂ ਪਹਿਲਾਂ ਆਪਣੀ ਸਟੱਡੀ ਦੇ ਦੌਰਾਨ। ਤਾਂ ਇਸ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰ ਦੇਣਾ, ਸਬਸਕ੍ਰਾਈਬ ਕਰ ਲੈਣਾ ਚੈਨਲ ਨੂੰ। ਤਾਂ ਜਲਦੀ ਮਿਲਦੇ।